ਮੀਰ ਸ਼ਾਹ ਦਰਗਾਹ ਦੇ ਵਿੱਚ ਚਾਂਦੀ ਦਾ ਮੁਕਟ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਸੇਵਾਦਾਰਾਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ। ਕੁਝ ਸਮਾਂ ਪਹਿਲਾਂ ਵੀ ਇੱਥੇ ਚਾਂਦੀ ਦਾ ਮੁਕਟ ਚੋਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੇਵਾਦਾਰਾਂ ਨੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਦੂਜਾ ਚਾਂਦੀ ਦਾ ਮੁਕਟ ਚੜਾਇਆ ਸੀ, ਤਾਂ ਹੁਣ ਉਹ ਵੀ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਦੇ ਵੱਲੋਂ ਪ੍ਰਬੰਧਕ ਕਮੇਟੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਇਸ ਦਰਗਾਹ ਦੇ ਉੱਪਰ ਚਾਂਦੀ ਦਾ ਮੁਕਟ ਆਪਣੀ ਸ਼ਰਧਾ ਅਨੁਸਾਰ ਇਹਨਾਂ ਸੇਵਾਦਾਰਾਂ ਦੇ ਵੱਲੋਂ ਚੜਾਇਆ ਗਿਆ ਸੀ, ਹੁਣ ਉਹ ਮੁਕਟ ਵੀ ਚੋਰੀ ਹੋ ਗਿਆ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਦਰਗਾਹ ਹਜ਼ਰਤ ਪੀਰ ਬਾਬਾ ਮੀਰ ਸ਼ਾਹ ਦਾ ਹੈ। ਸੇਵਾਦਾਰਾਂ ਨੇ ਕਿਹਾ ਕਿ ਦਰਗਾਹ ਦੀ ਕਮੇਟੀ ਦੀ ਆਪਣੀ ਰੰਜਿਸ਼ ਕਰਕੇ ਇੱਥੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਅਤੇ ਹੈਰਾਨੀ ਦੀ ਗੱਲ ਹੈ ਕਿ ਜਿਸ ਟਾਈਮ ਚੋਰੀ ਹੋਈ ਉਸ ਸਮੇਂ ਦਰਗਾਹ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਚੱਲੇ। ਇਸ ਦੇ ਨਾਲ ਹੀ ਸੰਗਤ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ। ਉਹਨਾਂ ਕਿਹਾ ਕਿ ਇਸ ਸੰਬੰਧੀ ਸੀਸੀਟੀਵੀ ਕੈਮਰਿਆਂ ਦੀ DVR ਵੀ ਪੁਲਿਸ ਨੂੰ ਦੇ ਦਿੱਤੀ ਅਤੇ ਮੰਗ ਕਰਦੇ ਨੇ ਕਿ ਆਰੋਪੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਦੱਸ ਦਿਆਂ ਕਿ ਪਹਿਲਾਂ 27 ਦਸੰਬਰ 2023 ਨੂੰ ਇਸੇ ਦਰਗਾਹ ਦੇ ਵਿੱਚ ਸਵੇਰੇ ਇੱਕ ਮੁਕਟ ਚੋਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਦੂਜਾ ਮੁਕਟ ਇੱਥੇ ਚੜਾਇਆ ਗਿਆ, ਤਾਂ ਹੁਣ ਉਹ ਵੀ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ। ਹਰ ਵਾਰ ਪਿਛਲੀ ਵਾਰੀ ਵੀ ਮੇਲੇ ਦੇ ਪਹਿਲੇ ਦਿਨ ਚਾਂਦੀ ਦਾ ਮੁਕਟ ਹੈਗਾ ਸੀ ਸਾਡੇ ਦਰਬਾਰ 'ਚ, ਮੀਰ ਸ਼ਾਹ ਦਰਬਾਰ 88 ਫੁੱਟ ਰੋਡ ਜਗਦੰਬੇ ਕਲੋਨੀ। ਅਤੇ ਪਹਿਲਾਂ ਵੀ ਭਾਅ ਜੀ ਸਵੇਰੇ ਆ ਕੇ 7 ਵਜੇ ਚਾਂਦੀ ਵਾਲਾ ਮੁਕਟ ਚੋਰੀ ਹੋ ਜਾਂਦਾ ਵਾ ਇੱਥੋਂ ਦੀ, ਅਤੇ ਕੋਈ ਕਮੇਟੀ ਕੋਈ ਉਸ ਤਰ੍ਹਾਂ ਸਾਰੇ ਪ੍ਰਧਾਨਗੀਆਂ ਕਰਦੇ ਨੇ ਇੱਥੇ ਆ ਕੇ, ਕੋਈ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਉਸ ਤੋਂ ਅਗਲੇ ਦਿਨ ਹੀ ਅਸੀਂ ਸਾਰੇ ਭਰਾਵਾਂ ਨੇ ਮਿਲ ਕੇ ਫਿਰ ਚਾਂਦੀ ਦਾ ਮੁਕਟ ਬਣਵਾਇਆ, ਫਿਰ ਚੜਾਇਆ ਇੱਥੇ, ਅਤੇ ਹੁਣ ਜੀ ਅੱਜ ਫਿਰ ਸਵੇਰੇ 7 ਵਜੇ ਫਿਰ ਚੋਰੀ ਹੋ ਜਾਂਦਾ। ਇਹ ਦੂਜਾ ਚਾਂਸ ਹੋ ਜਾਂਦਾ, ਮਹੀਨਾ ਆਇਆ ਉਸ ਤੋਂ ਬਾਅਦ ਫਿਰ ਚੋਰੀ ਹੋ ਜਾਂਦਾ ਇੱਥੇ। ਇੱਥੇ ਦੀ ਨਾ ਕੋਈ ਕਮੇਟੀ ਸਾਥ ਦਿੰਦੀ ਹੈ, ਨਾ ਸਾਨੂੰ ਪ੍ਰਸ਼ਾਸਨ ਵੱਲੋਂ ਕੁਛ ਸਾਥ ਮਿਲਦਾ ਵਾ। ਹੁਣ ਫਿਰ ਸਵੇਰ ਦੇ 7 ਵਜੇ ਦਾ ਚੋਰੀ ਹੋਇਆ, ਸਾਨੂੰ ਇਸ ਟਾਈਮ ਤੱਕ ਕੁਛ ਵੀ ਨਹੀਂ ਮਿਲਦਾ। ਇੱਥੇ ਦੇ ਪ੍ਰਧਾਨਾਂ ਨੇ ਮੱਲ ਮਾਰੀ ਹੋਈ ਇਸ ਦਰਬਾਰ ਤੇ, ਤੇ ਨਾ ਹੁਣ ਕੈਮਰੇ ਚੱਲਦੇ ਪਏ ਨੇ, ਨਾ ਕੁਛ ਨੇ, ਕਿਸੇ ਨੇ ਨੀ ਸਾਡਾ ਸਾਥ ਕੋਈ ਨੀ ਦੇ ਰਿਹਾ। ਸੀਸੀਟੀਵੀ ਕੈਮਰੇ ਵੀ ਬੰਦ ਹੈਗੇ, ਉਸੇ ਟਾਈਮ ਵਿੱਚ ਹੀ ਬੰਦ ਹੋ ਜਾਂਦੇ ਆ। ਆਪਸ ਵਿੱਚ ਕੋਈ ਪ੍ਰਧਾਨਾਂ ਦੀ ਤੇ ਬੰਦਿਆਂ ਦੀ ਰੰਜਿਸ਼ ਹੁੰਦੀ, ਉਸ ਤੋਂ ਬਾਅਦ ਚੀਜ਼ਾਂ ਚੋਰੀ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੱਥੇ ਦਰਖਾਸਤ ਦਿੱਤੀ ਹੋਈ ਭਾਜੀ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ, ਪਹਿਲਾਂ ਵੀ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ। ਇਸ ਭਾਜੀ ਹਰ ਟਾਈਮ ਜਦੋਂ ਚੜ੍ਹਾਈਏ ਉਸ ਟਾਈਮ ਅਗਲੇ ਦਿਨ ਮਹੀਨੇ ਜੋ ਵੀ ਚੀਜ਼ ਚੜ੍ਹਾਈਏ ਇਤਰਾਜ਼ ਕਰਦੇ ਸਾਡੀ ਚੀਜ਼ਾਂ ਤੋਂ, ਅਤੇ ਇੱਥੋਂ ਚੀਜ਼ਾਂ ਚੋਰੀ ਹੋ ਜਾਂਦੀਆਂ। ਇਹ ਅੱਜ ਦੀ ਗੱਲ ਹੈ ਜੀ, ਸਵੇਰੇ 6:48 ਜਦੋਂ ਸਾਡਾ ਬਾਬਾ ਜੀ ਦਾ ਜਿਹੜਾ ਤਾਜ ਹੈ, ਜਿਹੜਾ ਮੁਕਟ ਹੈ, ਉਹ ਚੋਰੀ ਹੋਇਆ। ਇਹ ਅੱਜ ਤੋਂ 1.5 ਮਹੀਨਾ ਪਹਿਲਾਂ ਦਸੰਬਰ ਦੀ 27 ਜਾਂ 28 ਤਰੀਕ ਦੇ ਦਰਮਿਆਨ ਦੀ ਗੱਲ ਹੈ। ਪਹਿਲਾਂ ਵੀ ਇੱਥੋਂ ਮੁਕਟ ਚੋਰੀ ਹੋ ਚੁੱਕਿਆ ਹੈ, ਉਦੋਂ ਵੀ ਪੁਲਿਸ ਨੇ ਜਾਂ ਸਾਡੇ ਕਮੇਟੀ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਉਹ ਜੋ ਵੀ ਚੋਰ ਹੈ ਅਣਪਛਾਤਾ ਹੈਗਾ ਸੀ, ਜਿਹਦੇ ਬਾਰੇ ਪਤਾ ਨਹੀਂ ਲੱਗ ਸਕਿਆ। ਫਿਰ ਦੁਬਾਰਾ ਅਸੀਂ ਉਸ ਮੁਕਟ ਦੇ ਬਾਰੇ ਜਿਹੜੀ ਚੋਰੀ ਹੋਇਆ ਉਸਦੇ ਬਾਰੇ ਦਰਖਾਸਤ ਜਿਹੜੀ ਸੰਬੰਧਿਤ ਥਾਣਾ ਜਿਹੜਾ ਥਾਣਾ ਸਦਰ ਉਸਦੇ ਜਿਹੜੇ SHO ਹਨ ਪਲਵਿੰਦਰ ਸਿੰਘ ਜੀ, ਉਹਨਾਂ ਨੂੰ ਦਰਖਾਸਤ ਰਿਟਨ ਦਿੱਤੀ ਹੈ। ਅਤੇ ਇੱਕ ਦਰਖਾਸਤ ਅਸੀਂ ਸਾਡੇ ਅੰਮ੍ਰਿਤਸਰ ਦੀ ਲਾਅ ਐਂਡ ਆਰਡਰ ਦੇ ਜਿਹੜੇ DCP ਹਨ, ਭੰਡਾਲ ਸਾਹਿਬ ਦੀ ਜਗ੍ਹਾ ਨਵੇਂ ਆਏ ਹਨ ਵਿਜੇ ਆਲਮ ਸਿੰਘ ਜੀ, IPS ਹਨ ਅਫਸਰ, ਉਹਨਾਂ ਨੂੰ ਵੀ ਇੱਕ ਦਰਖਾਸਤ ਦੇ ਕੇ ਆਏ ਹਾਂ ਕਿ ਵੀ ਸਾਡੇ ਜਿਹੜਾ ਦੁਬਾਰਾ ਚੋਰੀ ਹੋਈ ਹੈ ਇਸ ਸਾਡੀ ਦਰਗਾਹ ਵਿੱਚ ਮੁਕਟ ਦੇ ਬਾਰੇ, ਉਹਦੇ ਬਾਅਦ ਬਰੀਕੀ ਨਾਲ ਜਾਂਚ ਕਰਕੇ ਉਸ ਜਿਹੜਾ ਵੀ ਅਣਪਛਾਤਾ ਵਿਅਕਤੀ ਹੈ ਜਾਂ ਲੜਕਾ ਹੈ ਕੋਈ ਵੀ ਹੈ,
ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡਾ ਜਿਹੜਾ ਮੁਕਤ ਚੋਰੀ ਹੋਇਆ ਇੱਥੇ ਜਲਦ ਤੋਂ ਜਲਦ ਉਹਨੂੰ ਲਵਾਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਹਾਂਜੀ, ਇਹ ਗੱਲ ਹੈ ਜੀ 6:47 ਦੇ ਉੱਤੇ ਸਵੇਰੇ ਉਹ ਥੋੜ੍ਹੀ ਜਿਹੀ CCTV ਕੈਮਰੇ 'ਚ ਆਈ ਹੈ ਵੀਡੀਓ, ਅਸੀਂ ਥੋੜ੍ਹੀ ਜਿਹੀ ਕਲਿੱਪ ਦੇਖੀ ਹੈ, ਪਰ ਉਸ ਟਾਈਮ 'ਤੇ ਜਾਂ ਤਾਂ ਬਲਿੰਕ ਹੋ ਗਈ ਹੈ ਜਾਂ ਪਿੱਛੋਂ ਕੋਈ ਫਾਲਟ ਇਲੈਕਟ੍ਰੀਸਿਟੀ ਦਾ ਪਿਆ ਹੈ ਜਾਂ ਕੈਮਰੇ ਦਾ ਪਿਆ। ਹਾਰਡ ਡਿਸਕ ਅਸੀਂ ਉਹ ਕੈਮਰਾਮੈਨ ਨੂੰ ਦੇ ਦਿੱਤੀ ਹੈ, ਰਾਮਪਾਲ ਸ਼ਰਮਾ ਜੀ ਸਾਡੇ ਪ੍ਰਧਾਨ ਹਨ, ਉਹਨਾਂ ਨੇ ਬਾਏ ਹੈਂਡ ਉਹ ਜਿਹੜਾ ਸਾਡਾ ਇਲੈਕਟ੍ਰੀਸ਼ਨ ਹੈ ਜਾਂ ਸਾਡੇ ਕੈਮਰੇ ਦੀ ਦੇਖਭਾਲ ਕਰ ਰਿਹਾ ਉਸ ਨੂੰ ਦਿੱਤੀ ਹੈ, ਉਹ ਕੰਪਿਊਟਰ ਦੇ ਰਾਹੀਂ ਚੈੱਕ ਕਰਕੇ ਜਲਦ ਤੋਂ ਜਲਦ ਉਹ ਸ਼ੋਅ ਹੋ ਜਾਏਗਾ ਕਿ ਕਿਹੜਾ ਵਿਅਕਤੀ ਹੈ ਜਾਂ ਕਿਹੜਾ ਨੌਜਵਾਨ ਹੈ ਜਿਹਨੇ ਦੁਬਾਰਾ ਮੁਕਤ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ। ਇਹਨਾਂ ਇੱਕ ਥਾਣੇ ਕੰਪਲੇਂਟ ਗਈ ਹੈ ਜਿਹਦੇ ਬਾਰੇ ਇਹਨਾਂ ਨੇ ਕੰਪਲੇਂਟ ਕੀਤੀ ਵੀ ਸਾਡੇ ਨਾ ਦਰਗਾਹ ਦੇ ਵਿੱਚੋਂ ਮੁਕਟ ਚੋਰੀ ਹੋ ਗਿਆ ਵਾ, ਜੋ ਕਿ ਅਸੀਂ ਮੌਕੇ 'ਤੇ ਪਹੁੰਚਿਆ, ਮੌਕੇ 'ਤੇ ਆਣ ਕੇ CCTV ਵੇਖਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੀ ਹਾਰਡ ਡਿਸਕ ਜਿਹੜੀ ਹੈ ਨਾ ਉਹ ਉੱਡੀ ਪਈ ਹੈ। ਅਸੀਂ ਉਹਨਾਂ ਦੇ ਜਿਹੜੇ ਵੀ ਕੈਮਰਾ ਵਗੈਰਾ ਠੀਕ ਕਰਦੇ ਨੇ ਉਹਨਾਂ ਨੂੰ ਬੁਲਾਇਆ ਇੱਥੇ, ਉਹਨਾਂ ਨੂੰ ਮਤਲਬ ਉਹਨਾਂ ਨੂੰ DVR ਦੇ ਹਵਾਲੇ ਕਰਤੇ, ਉਹ ਕਹਿੰਦੇ ਤੁਹਾਨੂੰ CCTV ਫੋਟੋਜ਼ ਕੱਢ ਕੇ ਦੇ ਦਿੰਦੇ ਹਾਂ, ਜਦ ਵੀ ਸਾਡੇ ਸਾਹਮਣੇ ਕੋਈ ਪਹਿਲਾ ਕਲੂ ਆ ਜਾਂਦਾ ਉਸ ਤੋਂ ਬਾਅਦ ਅਸੀਂ ਇਹਦੀ ਕਾਰਵਾਈ ਸ਼ੁਰੂ ਕਰਾਂਗੇ। ਫਿਲਹਾਲ ਜੋ ਵੀ ਸਾਡੀ ਜਾਂਚ ਪੜਤਾਲ ਹੋਈ ਹੈ।